ਸਿੰਘ ਇਜ਼ ਕਿੰਗ ਅਤੇ ਸਿੰਘ ਇਜ਼ ਬਲਿੰਗ ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਅਕਸ਼ੇ ਕੁਮਾਰ ਸਰਦਾਰ ਬਣੇ ਹੋਏ ਸਾਨੂੰ ਨਜ਼ਰ ਆਏ ਸੀਗੇ ਔਰ ਹੁਣ ਇੱਕ ਵਾਰੀ ਫੇਰ ਤੋਂ ਅਕਸ਼ੇ ਕੁਮਾਰ ਬਣ ਕੇ ਆ ਰਹੇ ਨੇ ਸਰਦਾਰ ਆਪਣੀ ਆਉਣ ਵਾਲੀ ਫਿਲਮ ਦੇ ਵਿੱਚ ਔਰ ਫਿਲਮ ਦਾ ਟਾਈਟਲ ਹੈ ਕੇਸਰੀ। ਇਸ ਫਿਲਮ ਦਾ ਫਸਟ ਲੁੱਕ ਰਿਲੀਜ਼ ਕਰ ਦਿੱਤਾ ਗਿਆ ਜਿਸ ਦੇ ਵਿੱਚ ਅਕਸ਼ੇ ਕੁਮਾਰ ਦਾ ਲੁੱਕ ਮੇਲ ਖਾਂਦਾ ਹੋਇਆ ਨਜ਼ਰ ਆ ਰਿਹਾ ਸੱਜਣ ਸਿੰਘ ਰੰਗਰੂੜ ਦੇ ਦਿਲਜੀਤ ਦੋਸਾਂਝ ਦੇ ਨਾਲ। ਅਸੀਂ ਤੁਹਾਨੂੰ ਦੱਸ ਦੇ ਕਿ ਫਿਲਮ ਦੇ ਪੋਸਟਰ ਦੇ ਉੱਪਰ ਲਿਖਿਆ ਆਜ ਮੇਰੀ ਪਗੜੀ ਵੀ ਕੇਸਰੀ, ਜੋ ਬਹੇਗਾ ਮੇਰਾ ਵੋ ਲਹੂ ਵੀ ਕੇਸਰੀ ਔਰ ਮੇਰਾ ਜਵਾਬ ਵੀ ਕੇਸਰੀ। ਨਾਲ ਹੀ ਤੁਹਾਨੂੰ ਅਸੀਂ ਦੱਸ ਦੇ ਕਿ ਇਹ ਫਿਲਮ ਇੱਕ ਹੰਬਲ ਟ੍ਰਿਬਿਊਟ ਹੋਏਗਾ ਸਾਰਾ ਗੜੀ ਦੇ ਸ਼ਹੀਦਾਂ ਨੂੰ ਔਰ ਇਹ ਫਿਲਮ 21 ਮਾਰਚ 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਪ੍ਰੈਜੈਂਟਸ ਕਰ ਰਹੇ ਨੇ ਜ਼ੀ ਸਟੂਡੀਓਜ਼ ਐਂਡ ਇਨ ਐਸੋਸੀਏਸ਼ਨ ਵਿਦ ਧਰਮਾ ਪ੍ਰੋਡਕਸ਼ਨਜ਼ ਔਰ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਨੁਰਾਗ ਸਿੰਘ ਨੇ। ਸੋ ਦੈਨਿਕ ਸਵੇਰਾ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਅਕਸ਼ੇ ਕੁਮਾਰ ਨੂੰ ਆਲ ਦੀ ਵੈਰੀ ਬੈਸਟ ਫੋਰ ਦੀ ਮੂਵੀ ਕੇਸਰੀ।